स्कूल है अज असी पैदल यात्रा ते चले हुए हैं मरंडा तो चमकौर साहब गुरुद्वारा कतलगढ़ साहब जाना है लेकिन रास्ते दे विच ये मकड़ौना पिंड पैंदा मेरे नानकियां दा पिंड है ये इसका स्कूल है तुसीं इसकी बिल्डिंग की खूबसूरती देख सकते हो लेकिन आम आदमी पार्टी के सिसोदिया जी इतने किसी कॉर्नर दे विच खड़ के वीडियो बना के उन्होंने ये स्कूल दिखाने की कोशिश नहीं की। तुसीं देख सकते हो कि कितना स्कूल वधिया ये बनिया होया है लेकिन आम आदमी पार्टी वाले मेरे इलाके का स्कूल दिखा गया कि जी ये नानके पिंड का स्कूल है। ये तुसी पढ़ सकते हो सीनियर सेकेंडरी स्मार्ट स्कूल मकड़ौना कलां। मकड़ौना कलां मेरे नानके पिंड है मेरे हल्के का पिंड है तो उहदे विच स्कूल है। इस दे स्कूल दे इधरले साइड वाले पासे किते वो आके खड़े सी ਇੱਥੋਂ ਦੇ ਬੱਚਿਆਂ ਨੂੰ ਚਾਰ ਹਾਊਸਾਂ 'ਚ ਵੰਡਿਆ ਹੋਇਆ ਬਾਬਾ ਅਜੀਤ ਸਿੰਘ ਹਾਊਸ ਬਾਬਾ ਜੁਝਾਰ ਸਿੰਘ ਹਾਊਸ ਬਾਬਾ ਜੋਰਾਵਰ ਸਿੰਘ ਹਾਊਸ ਬਾਬਾ ਫਤਿਹ ਸਿੰਘ ਜੀ ਨਕਸ਼ੇ ਤਿਆਰ ਕੀਤੇ ਹੋਏ ਹੈ। ਸਾਰੀ ਬਿਲਡਿੰਗ ਬਹੁਤ ਅੱਛੀ ਹੈ। ਹੁਣ ਮੈਂ 50 ਲੱਖ ਰੁਪਈਆ ਇਸ ਸਕੂਲ ਵਾਸਤੇ ਹੋਰ ਦਿੱਤਾ ਹੈ ਇਹਦੇ ਗਰਾਊਂਡ ਦੇ ਵਿੱਚ ਸਟੇਡੀਅਮ ਡਿਵੈਲਪ ਕਰਨ ਵਾਸਤੇ ਅਤੇ ਇਸ ਸਕੂਲ ਦੇ ਵਿੱਚ 70 ਲੱਖ ਰੁਪਈਆ ਲਾ ਕੇ ਹੁਣ ਅਸੀਂ ਐਸੋ ਟਰੱਫ ਦੇ ਨਾਲ ਇੱਕ ਗਰਾਊਂਡ ਬਣਾ ਰਹੇ ਹਾਂ। ਹਰ ਚੀਜ਼ ਇਸ ਦੇ ਵਿੱਚ ਮੈਂ ਬਹੁਤ ਧਿਆਨ ਦੇ ਨਾਲ ਬਣਾਈ ਹੈ। ਬਾਹਰ ਬਣਾਇਆ ਹੋਇਆ ਬੱਚਿਆਂ ਦੇ ਪੜ੍ਹਨ ਵਾਸਤੇ ਸ਼ਹੀਦ ਭਗਤ ਸਿੰਘ ਜੀ ਦਾ ਸਾਰਾ ਕੁਛ ਲਿਖਿਆ ਹੋਇਆ ਡਾਕਟਰ ਬੀ ਆਰ ਅੰਬੇਦਕਰ ਜੀ ਬਾਰੇ ਲਿਖਿਆ ਹੋਇਆ। ਇਹ ਸਕੂਲ ਦੇ ਵਿੱਚ ਪ੍ਰੋਜੈਕਟਰ ਹੁੰਦੇ ਆ ਬੱਚੇ ਇੱਧਰ ਬੈਠਦੇ ਆ ਉਹ ਉੱਪਰ ਪ੍ਰੋਜੈਕਟਰ ਲੱਗਿਆ ਹੋਇਆ ਹੈ। ਪ੍ਰੋਜੈਕਟਰ ਦੇ ਨਾਲ ਇਸ ਦੀਵਾਰ ਤੇ ਪਿਕਚਰ ਆਉਂਦੀ ਹੈ ਜਿਹਦੇ ਨਾਲ ਬੱਚਿਆਂ ਨੂੰ ਬਾਹਰੋਂ ਵੀ ਪੜ੍ਹਾਇਆ ਜਾਂਦਾ ਹੈ ਅਤੇ ਕੋਈ ਵੀ ਫਿਲਮ ਵੀ ਦਿਖਾਈ ਜਾ ਸਕਦੀ ਹੈ। ਬਹੁਤ ਤਰ੍ਹਾਂ ਦੇ ਪੜ੍ਹਾਈ ਦੇ ਸਾਧਨ ਜਿੰਨੇ ਵੀ ਅੱਜ ਕੱਲ੍ਹ ਆਧੁਨਿਕ ਜੀਵਨ 'ਚ ਆਏ ਆ ਉਹ ਇੱਥੇ ਲੈਸ ਕੀਤਾ ਗਿਆ ਸਕੂਲ ਨੂੰ। ਇਹ ਸਮਾਰਟ ਸਕੂਲ ਸਾਡਾ ਹੈਗਾ। ਇਹ ਸਕੂਲ ਦੀ ਲੈਬ ਹੈ ਜਿਹਦੇ ਵਿੱਚ ਸਾਇੰਸ ਦੇ ਸਬਜੈਕਟ ਲੈਬ ਦੇ ਵਿੱਚ ਪੜ੍ਹਾਏ ਜਾਂਦੇ ਆ। ਹਿਊਮਨ ਬੋਡੀ ਦਾ ਪਿਕਚਰ ਦਿਖਾਇਆ ਗਿਆ ਹੈ ਅਤੇ ਨਾਲ ਨਾਲ ਲੈਬ ਵਿੱਚ ਪੜ੍ਹਾਇਆ ਜਾਂਦਾ ਹੈ। ਇਹ ਸਕੂਲ ਦੇ ਅੰਦਰ ਕੰਪਿਊਟਰ ਲੈਬ ਹੈ। ਹਰ ਬੱਚੇ ਨੂੰ ਕੰਪਿਊਟਰ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਮੈਂ ਫਿਰ ਦੱਸ ਦਵਾਂ ਇਹ ਮੇਰੇ ਨਾਨਕਿਆਂ ਪਿੰਡ ਮੇਰੇ ਹਲਕੇ ਦੇ ਵਿੱਚ ਮਕੜੌਨਾ ਕਲਾਂ ਦਾ ਸਕੂਲ ਹੈ ਜਿਹਦੇ ਵਿੱਚ ਇਹ ਕੰਪਿਊਟਰ ਲੈਬ ਬਣੀ ਹੋਈ ਹੈ। ਕੁਛ ਦਿਨ ਪਹਿਲਾਂ ਸਿਸੋਦੀਆ ਜਿਹੜੇ ਕਿ ਦਿੱਲੀ ਤੋਂ ਕੇਜਰੀਵਾਲ ਦੇ ਕਹਿਣ 'ਤੇ ਆਏ ਸੀ ਉਹ ਇਸ ਗੱਲ ਨੂੰ ਸਾਰੀ ਨੂੰ ਡਰਾਮਾ ਦੱਸ ਰਹੇ ਸੀ। ਮੈਂ ਤੁਹਾਨੂੰ ਅਸਲੀਅਤ ਦਿਖਾ ਰਿਹਾ। ਇਹਦੇ ਪਿੱਛੇ ਬਹੁਤ ਵੱਡਾ ਗਰਾਊਂਡ ਹੈ ਜਿੱਥੇ ਬੱਚੇ ਖੇਡਦੇ ਹੈ। ਇਹ ਸਾਰੀਆਂ ਕਿਤਾਬਾਂ ਹੈ ਬੱਚਿਆਂ ਦੇ ਪੜ੍ਹਨ ਵਾਸਤੇ ਬਣਾਈਆਂ ਗਈਆਂ। ਟੀਚਰਾਂ ਦੇ ਐਡਰੈਸ ਤੇ ਟੈਲੀਫੋਨ ਨੰਬਰ ਨਾਲ ਲਿਖੇ ਹੋਏ ਹੈ।